ਤੁਸੀਂ ਆਹ ਚੀਜ਼ ਦੇਖ ਰਹੇ ਹੋ ਨਾ, ਖਾਸ ਕਰ ਲੋਕੀ ਇਹਦੇ ਬਾਰੇ ਪੁੱਛਦੇ ਆ ਵੀ ਆਹ ਕੀ ਚੀਜ਼ ਲੱਗੀ। ਇਹ ਵਾਟਰ ਲੈਵਲ ਸੈਂਸਰ ਹੈ ਜੀ ਗੱਡੀ ਦੇ ਵਿੱਚ, ਜਿਹੜੇ ਲੋਕ ਆਮ ਪੁੱਛਦੇ ਆ ਵੀ ਕੀ ਆ। ਨਹੀਂ ਇਹ ਮਤਲਬ ਕਿ ਹੈਗਾ ਜਿਵੇਂ ਗਰਮ ਗੁਰਮ ਹੋ ਜਾ ਗੱਡੀ ਉਦੋਂ। ਹਾਂਜੀ ਨਹੀਂ ਨਹੀਂ ਇਹ ਨਾ ਧੂਏ ਨੂੰ ਕੰਟਰੋਲ ਕਰਦੀ ਹੈ ਜੀ ਗੱਡੀ ਦੇ। ਠੀਕ ਹੈ ਠੀਕ ਹੈ। ਜਿਹੜੇ ਸਰਕਾਰ ਦੇ ਨੋਰਮਸ ਹੈਗੇ BS6 ਦੇ ਉਹਨੂੰ ਫੋਲੋ ਕਰਕੇ ਬਣਾਇਆ ਗਿਆ ਵਾ ਤਾਂ ਕਿ ਪੋਲੂਸ਼ਨ ਡੀਜ਼ਲ ਗੱਡੀ ਨਾਲੋਂ ਘੱਟ ਹੋਵੇ। ਨਹੀਂ ਇਹਦੇ ਤੇ ਜਿਵੇਂ ਲਿਖਿਆ ਡਿਸਟੈਂਸ ਟੂ 84-85% ਕੀ 85% ਇਹ ਵਾਟਰ ਲੈਵਲ ਦੱਸਦਾ ਪਿਆ ਜੀ। ਇਹਦੇ ਟੈਂਕ ਲੱਗਾ ਹੋਇਆ ਪਿੱਛੇ ਪਾਸੇ। ਹਾਂਜੀ ਪਾਣੀ ਪੈਂਦਾ, ਨੋਰਮਲ ਪਾਣੀ ਜਿਹੜਾ ਘਰਾਂ 'ਚ ਆਪਾਂ RO ਦਾ ਪਾਣੀ ਪੀਂਦੇ ਆ। ਠੀਕ ਆ। ਉਹ ਪਾਣੀ ਇਹਦੇ ਵਿੱਚ ਪੈ ਜਾਂਦਾ ਜੀ। ਮੰਨ ਲੈ ਮੇਨ ਚੀਜ਼ ਹੈ ਵੀ ਸਾਡਾ ਨਾ ਇੱਕੋ ਹੀ ਹੈ ਵੀ ਅਸੀਂ ਕੰਮ ਨਾ ਸ਼ੌਂਕ ਨਾਲ ਕਰ ਰਹੇ ਹਾਂ, ਸਾਡਾ ਸਾਨੂੰ ਚੀਜ਼ ਵੇਚਣ ਤੋਂ ਵੀ ਜ਼ਿਆਦਾ ਸਾਨੂੰ ਸਰਵਿਸ ਦੇਣ ਦਾ ਮਜ਼ਾ ਆਉਂਦਾ। ਠੀਕ ਹੈ ਜੀ। ਕਿਉਂਕਿ ਮੈਂ ਖੁਦ ਜ਼ਮੀਨ ਨਾਲ ਜੁੜਿਆ, ਮੈਨੂੰ ਇਹ ਹੁੰਦਾ ਵੀ ਚੀਜ਼ ਗਾਹਕ ਲੈ ਗਿਆ, ਸਾਡਾ ਗਾਹਕ ਪਰੇਸ਼ਾਨ ਨਹੀਂ ਹੋਣਾ ਚਾਹੀਦਾ, ਚਾਹੇ ਉਹਦੇ 'ਚੋਂ ਕਿੱਦਾਂ ਵੀ ਉਹਦੀ ਸਰਵਿਸ ਨੂੰ ਅਸੀਂ ਬਹੁਤ ਪਹਿਲ ਦਿੰਦੇ ਹਾਂ। ਬਿਲਕੁਲ ਜੀ ਬਿਲਕੁਲ, ਕਿਉਂਕਿ ਇਹ ਦੇਖੋ ਅਮੀਰ ਬੰਦੇ ਨੇ ਤਾਂ ਇਹ ਚੀਜ਼ ਲੈਣੀ ਨਹੀਂ। ਹਾਂਜੀ ਬਿਲਕੁਲ। ਤੇ ਉਹਨੂੰ ਫਿਰ ਜੇ ਆਪਾਂ ਸਰਵਿਸ ਨਹੀਂ ਦੇਵਾਂਗੇ ਤੇ ਆਪਣੇ ਗਲਤ ਕਰ। ਦੇਖੋ ਅਸੀਂ ਆਪ ਖੁਦ ਜ਼ਮੀਨ ਨਾਲ ਜੁੜੇ ਹੋਏ ਆ ਜੀ, ਇੱਕ ਗਰੀਬ ਬੰਦੇ ਦੀ ਦਿਹਾੜੀ ਟੁੱਟੇ ਸਾਡੇ ਕਰਕੇ। ਠੀਕ ਹੈ ਜੀ। ਅਸੀਂ ਉਹਦਾ ਬਹੁਤ ਜ਼ਿਆਦਾ ਸੋਚਦੇ ਹਾਂ। ਕਈ 20-20 ਦਿਨ ਲੱਗ ਜਾਂਦੇ ਜੀ। ਦੇਖੋ ਜੀ 20 ਦਿਨ ਨਹੀਂ ਜੀ, ਸਾਡੇ ਕੋਲ ਤਾਂ ਜੇ ਜ਼ਿਆਦਾ ਪਰੇਸ਼ਾਨੀ ਆਏ ਵੇ, ਅਸੀਂ ਆਪਣੀ ਇੱਕ ਗੱਡੀਆਂ ਰੱਖੀਆਂ ਡੈਮੋ। ਅੱਛਾ। ਅਸੀਂ ਉਹਨੂੰ ਆਪਣੀ ਗੱਡੀ ਦੇ ਦਿੰਦੇ ਹਾਂ, ਤੂੰ ਆਪਣੀ ਦਿਹਾੜੀ ਨਾਲ ਤੋੜ ਭਰਾ ਮੇਰੇ। ਹਾਂ ਵੀ ਆਪਣਾ ਤੂੰ ਕੰਮ ਕਰ, ਆਪਣੇ ਬੱਚੇ ਪਾਲ। ਠੀਕ ਹੈ। ਅਸੀਂ ਤੇਰੀ 4 ਦਿਨ ਨੂੰ ਗੱਡੀ ਆਊਗੀ, ਕੋਈ ਨਹੀਂ 4 ਦਿਨ ਬਾਅਦ ਅਸੀਂ ਤੇਰੇ ਕੋਲ ਆਪਣੀ ਲੈ ਲਾਂਗੇ। ਨਹੀਂ ਨਹੀਂ ਵਧੀਆ, ਬਹੁਤ ਵਧੀਆ ਗੱਲ। ਸਤਿ ਸ੍ਰੀ ਅਕਾਲ ਜੀ। ਅੱਜ ਦੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਲੋਡਰ, ਜਿਵੇਂ ਕਿ ਤੁਸੀਂ ਵੇਖ ਰਹੇ ਹੋ ਕਿ ਇਹਨੂੰ ਕੁਛ ਲੋਡਰ ਕਹਿ ਦਿੰਦੇ ਆ, ਕੋਈ ਕਾਰਗੋ ਕਹਿ ਦਿੰਦਾ, ਕੋਈ ਆਟੋ ਕਹਿ ਦਿੰਦਾ, ਕੋਈ ਭੁੰਡੀ ਵੀ ਕਹਿ ਦਿੰਦਾ। ਅੱਜ ਆਪਾਂ ਇਹਦੇ ਬਾਰੇ ਜਾਣਾਂਗੇ, ਕਿਉਂਕਿ ਕੁਛ ਵੀਰ ਹੁੰਦੇ ਆ ਜਿਨ੍ਹਾਂ ਨੇ ਆਪਦਾ ਬਿਜ਼ਨਸ ਸ਼ੁਰੂ ਕਰਨਾ ਹੁੰਦਾ ਹੈ ਨਾ, ਅਤੇ ਨਵਾਂ ਲੈਣਾ ਹੁੰਦਾ, ਅਤੇ ਅੱਜ ਪੂਰੀ ਡਿਟੇਲ ਦੇ ਨਾਲ ਅੱਜ ਆਪਾਂ ਇਹਦੇ ਵਿੱਚ ਗੱਲਬਾਤ ਕਰਾਂਗੇ। ਆਪਣੇ ਕੋਲ ਇੱਥੇ 3 ਤਰ੍ਹਾਂ ਦੇ ਇਹ ਹੈਗੇ ਆ ਜੀ, ਜਿਵੇਂ ਕਿ ਇਹ ਵਾਲਾ ਡੀਜ਼ਲ ਦੇ ਵਿੱਚ ਆ, ਇਹ CNG ਆ, ਅਤੇ ਇਹ ਵੀ ਡੀਜ਼ਲ ਆ, ਅਤੇ ਇਹਨਾਂ ਦਾ ਹੀ ਇੱਕ ਅਤੁੱਲ ਕੰਪਨੀ ਦਾ ਹੀ ਆਉਂਦਾ ਜੀ ਬੈਟਰੀ ਵਾਲਾ ਵੀ। ਅੱਜ ਆਪਾਂ ਸਾਰਿਆਂ ਬਾਰੇ ਗੱਲਬਾਤ ਕਰਾਂਗੇ, ਨਾਲ ਦੀ ਨਾਲ ਹੀ ਕੀਮਤ ਅਤੇ ਇਹਦੇ ਫੀਚਰ, ਕਿਉਂਕਿ ਜਿਹੜਾ ਪਹਿਲਾਂ ਡੀਜ਼ਲ ਇਹਨਾਂ ਦਾ ਆਇਆ ਸੀਗਾ ਉਹਦੇ ਨਾਲੋਂ ਇਹਦੇ ਵਿੱਚ ਕਾਫੀ ਚੀਜ਼ਾਂ ਦਾ ਬਦਲਾਅ ਕੀਤਾ ਗਿਆ। ਆਪਣੇ ਨਾਲ ਇਹਦਾ ਪੂਰਾ ਜਿਹੜਾ ਸਪੈਸੀਫਿਕੇਸ਼ਨ ਦੱਸਣ ਦੇ ਲਈ ਹੋਣਗੇ ਜੀ ਕੁਨਾਲ ਜੀ, ਜੋ ਕਿ ਅਤੁੱਲ ਕੰਪਨੀ ਤੋਂ ਆ, ਅਤੇ ਆਜੋ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ? ਵਧੀਆ ਜੀ। ਅੱਛਾ, ਜਿਵੇਂ ਆਪਾਂ ਗੱਲ ਕੀਤੀ ਹੈ ਇਹਨਾਂ ਦੇ 3 ਤਾਂ ਆ ਰਹੇ ਮਾਡਲ ਹੈ। ਹਾਂਜੀ ਹਾਂਜੀ, CNG ਇਲੈਕਟ੍ਰਿਕ ਅਤੇ ਡੀਜ਼ਲ। ਡੀਜ਼ਲ ਜੀ। ਜੇ ਆਪਾਂ ਸਭ ਤੋਂ ਪਹਿਲਾਂ ਡੀਜ਼ਲ ਦੀ ਗੱਲ ਕਰੀਏ, ਇੱਥੋਂ ਸ਼ੁਰੂ ਕਰਦੇ ਆਪਾਂ। ਹਾਂਜੀ, ਇਹਦੇ ਵਿੱਚ ਕੀ ਖਾਸੀਅਤ ਆ? ਇੱਕ ਤਾਂ ਜੀ ਸਭ ਤੋਂ ਜਿਹੜੀ ਮੇਨ ਖਾਸੀਅਤ ਇਹਦੇ ਵਿੱਚ ਇਹ ਆ ਕਿ ਇੱਕ ਪੁਲੀ ਵਾਲਾ ਇੰਜਨ ਲੱਗਾ ਹੋਇਆ ਇਹਨੂੰ। ਠੀਕ ਹੈ। ਆਮ ਲੋਕਾਂ ਦੀ ਪਸੰਦ ਸੀ ਲੋਡਿੰਗ ਗੱਡੀ ਹੁੰਦੇ ਸੀ। ਹਾਂ, ਜਿਹੜੇ ਪਹਿਲਾਂ ਹੁੰਦੇ ਲੋਡਿੰਗ ਗੱਡੀ ਦੀ, ਜਿਹਦੀ ਪਸੰਦ ਹੁੰਦੀ ਸੀ। ਠੀਕ ਹੈ। ਦੂਸਰਾ ਜੀ ਇੰਜਨ ਜਿਹੜਾ ਹੈਗਾ, ਪਹਿਲਾਂ 600 CC ਆਉਂਦਾ ਸੀ ਸੈਂਸਰ ਵਾਲਾ, ਉਹ ਇੰਜਨ ਨਹੀਂ ਹੈਗਾ ਜੀ ਹੁਣ ਇਹਦੇ ਅੰਦਰ। ਹੁਣ ਇਹਦੇ 435 CC ਗਰੀਸ ਕੋਟਰਿੰਡਰ ਲਿਮਟਰ ਦਾ ਇੰਜਨ ਹੈਗਾ। ਜੇ ਆਪਾਂ ਗੱਲ ਕਰਦੇ, ਕਿਉਂਕਿ ਹੁਣ ਡੀਜ਼ਲ ਇੰਜਨ ਪਹਿਲਾਂ ਬੰਦ ਕਰਤੇ ਗੌਰਮੈਂਟ ਨੇ, ਜਿਵੇਂ ਤੁਸੀਂ ਕਿਹਾ ਪੁਲੀ ਵਾਲੇ, ਹੈ ਨਾ? ਹਾਂਜੀ। ਹੁਣ ਤਾਂ BS6 ਦਾ ਜ਼ਮਾਨਾ ਆ ਗਿਆ, ਅਤੇ ਇਹਦੇ ਵਿੱਚ BS6। ਹਾਂਜੀ, ਇਹ BS6 ਦਾ ਇੰਜਨ ਆ। ਠੀਕ ਹੈ। ਲੇਕਿਨ ਲੋਕਾਂ ਦੀ ਫਰਮਾਇਸ਼ ਦੇ ਉੱਤੇ, ਲੋਕਾਂ ਦੀ ਪਸੰਦ ਦੇ ਉੱਤੇ ਕੰਪਨੀ ਨੂੰ ਦੁਬਾਰਾ ਇੰਜਨ ਇੰਟਰੋਡਿਊਸ ਕੀਤਾ ਉਹਨਾਂ ਨੇ। ਇਹਦੇ ਵਿੱਚ ਤਾਂ ਸੈਂਸਰ ਵਗੈਰਾ ਬਹੁਤ ਹੁੰਦੇ ਆ? ਨਹੀਂ ਜੀ ਨਹੀਂ, ਇਹਦੇ 'ਚ ਉਹ ਪਹਿਲਾਂ ਜਿਹੜਾ ਇੰਜਨ ਆਉਂਦਾ ਸੀ ਉਹਦੇ 'ਚ ਸੈਂਸਰ ਹੁੰਦੇ ਸੀ, ਇਹਦੇ 'ਚ ਕੋਈ ਸੈਂਸਰ ਨਹੀਂ ਹੈਗਾ। ਇਹਦੇ ਸਿਰਫ ਇੱਕੋ ਹੀ ਸੈਂਸਰ ਲੱਗਾ, ਵਾਟਰ ਸੈਂਸਰ ਲੱਗਾ ਆ। ਠੀਕ ਹੈ। ਬਸ ਉਹਦਾ ਕੰਮ ਆ ਪੋਲਿਊਸ਼ਨ ਨੂੰ ਘੱਟ ਕਰਨਾ, ਜਿਹਦੇ ਕਰਕੇ ਇੰਜਨ ਦੁਬਾਰਾ ਮਾਰਕੀਟ 'ਚ ਆ ਗਿਆ। ਕਿੰਨੇ CC ਦਾ ਇੰਜਨ ਦੱਸਿਆ ਤੁਸੀਂ? ਇਹ 435 CC ਦਾ ਇੰਜਨ ਆ ਜੀ। 435 CC ਦਾ, ਅਤੇ ਆਪਾਂ ਲੋਡ ਇੱਥੇ ਕਿੰਨਾ ਕੁ ਪਾ ਸਕਦੇ ਹਾਂ? ਵੈਸੇ ਦੇਖੋ ਜੀ, ਸਰਕਾਰ ਵੱਲੋਂ ਤਾਂ 550 ਕਿਲੋ ਪਾਸ ਆ ਇਹਦੇ ਵਿੱਚ, ਲੇਕਿਨ ਇਹਦੇ 1200-1300 ਕਿਲੋ ਤੱਕ ਦਾ ਵਜ਼ਨ ਜਿਹੜਾ ਹੈਗਾ ਬੜੇ ਆਸਾਨੀ ਨਾਲ ਚੱਕਿਆ ਜਾ ਸਕਦਾ। ਠੀਕ ਆ। ਅਤੇ ਮਾਈਲੇਜ ਇਹਦੀ ਕਿੰਨੀ ਕੁ ਰਹਿੰਦੀ ਆ? ਇਹ 35 ਦੇ ਆਸ ਪਾਸ, ਪਲੱਸ ਮਾਈਨਸ 2, 33-35 ਲੋਡਿੰਗ ਕਪੈਸਿਟੀ ਦੇ ਉੱਤੇ ਡਿਪੈਂਡ ਕਰਦਾ ਵੀ ਕਿੰਨਾ ਕੁ ਲੋਡ ਇਹਦੇ ਉੱਤੇ ਪਿਆ ਹੋਇਆ। ਠੀਕ ਆ। ਅਤੇ ਜਿਹੜੀ ਇਹ ਅਤੁੱਲ ਕੰਪਨੀ ਹੈ ਕਿੱਥੋਂ ਦੀ ਆ? ਇਹ ਜੀ ਗੁਜਰਾਤ ਦੀ ਕੰਪਨੀ ਆ। ਅੱਛਾ। ਅਤੇ ਇੰਡੀਆ ਦੀ 4th ਨੰਬਰ ਦੀ ਕੰਪਨੀ ਆ 3-wheeler ਬਣਾਉਣ ਦੇ ਵਿੱਚ। ਅੱਛਾ, ਠੀਕ ਆ ਜੀ। ਕਿੰਨੀ ਕੁ ਪੁਰਾਣੀ ਕੰਪਨੀ ਹੈ? ਇਹ ਲਗਭਗ 1994 ਦੀ ਕੰਪਨੀ ਹੈ ਜੀ। ਠੀਕ ਆ, ਪੁਰਾਣਾ ਹੀ ਕੰਮ ਹੈ। ਪੁਰਾਣਾ। ਅਤੇ ਜਿਵੇਂ ਆਪਾਂ ਇਹਦਾ ਪੇਂਟ ਵਗੈਰਾ ਵੇਖ ਰਹੇ ਹਾਂ, ਪੇਂਟ ਦੀ ਬੜੀ ਫਿਨਿਸ਼ਿੰਗ ਜੀ ਆ ਰਹੀ ਹੈ। ਕੋਈ ਇਹਦੀ ਪੇਂਟ ਦੀ ਕੁਆਲਿਟੀ ਬਹੁਤ ਵਧੀਆ ਵਾ। ਇਹ ਤੁਸੀਂ ਮੰਨ ਕੇ ਚੱਲੋ ਜਿੱਦਾਂ ਕਾਰਾਂ ਦਾ ਪੇਂਟ ਹੁੰਦਾ, ਸੇਮ ਉੱਦਾਂ ਹੀ ਰੋਬੋਟਿਕ ਪੇਂਟ ਹੁੰਦਾ ਇਹਨੂੰ। ਠੀਕ ਆ। CD ਪਲਾਂਟ ਦੇ ਵਿੱਚ ਚੈਸੀ ਜਿਹੜੀ ਹੈਗੀ ਆ ਡਿਪ ਹੁੰਦੀ ਹੈ ਇੱਕ 'ਚ, ਫਿਰ ਦੂਸਰੇ 'ਚ, ਫਿਰ ਤੀਸਰੇ, ਉਸ ਤੋਂ ਬਾਅਦ ਰੋਬੋ ਇਹਦੇ 'ਚ ਪੇਂਟ ਕਰਦੇ ਆ। ਠੀਕ ਆ। ਪੇਂਟ ਦੀ ਕੁਆਲਿਟੀ ਬਹੁਤ ਫਾਈਨ ਹੈ ਜੀ ਇਹਦੀ। ਠੀਕ ਆ। ਅਤੇ ਜਿਵੇਂ ਤੁਸੀਂ ਵਜ਼ਨ ਦੱਸਿਆ ਵੀ ਇੱਥੇ 1200 ਕਿਲੋ ਤੱਕ ਪੈ ਜਾਂਦਾ, ਹੈ ਨਾ? ਹਾਂਜੀ। ਅਤੇ ਫਿਰ ਇਹਦੀ ਚੈਸੀ ਵਗੈਰਾ ਕਿਤੋਂ ਕਰੈਕ ਨਹੀਂ ਹੁੰਦੀ? ਨਹੀਂ ਨਹੀਂ ਨਹੀਂ, ਇਹ ਪੂਰੀ ਮੋਨੋਕੋਕ ਚੈਸੀ ਹੈ। ਅੱਛਾ।
कोई भी जोड़ नहीं लगा हुआ, सिंगल फ्रेम चैसी है सारी की सारी। ਜਿਹੜੀ ਇਹਨਾਂ ਨੇ ਸ਼ੇਪ ਵਗੈਰਾ ਦਿੱਤੀ ਜਿਵੇਂ ਪਹਿਲਾਂ ਹੁੰਦੇ ਸੇਮ ਉਸੇ ਤਰ੍ਹਾਂ ਹੀ ਆ ਹਨਾ। ਹਾਂਜੀ ਹੁਣ ਥੋੜਾ ਜਿਹਾ ਅੱਗੇ ਨਾਲੋਂ ਮੋਡੀਫਾਈ ਹੋ ਗਿਆ ਜਿਹੜਾ ਤੁਸੀਂ ਆਹ ਚੀਜ਼ ਦੇਖ ਰਹੇ ਹੋ ਨਾ, ਖਾਸ ਕਰ ਲੋਕੀ ਇਹਦੇ ਬਾਰੇ ਪੁੱਛਦੇ ਆ ਵੀ ਆਹ ਕੀ ਚੀਜ਼ ਲੱਗੀ ਹੈ। ਇਹਨੂੰ ਆਨ ਕਰਕੇ ਇੱਕ ਵਾਰੀ ਮਾਣਿਆ, ਇਹਨੂੰ ਆਨ ਕਰ ਲੈਣਾ ਜੀ ਇੱਥੇ, ਇਹ ਇੰਜਨ ਸਟਾਰਟ ਕਰ ਲਾ। ਚਲੋ ਹੋ ਗਿਆ, ਹਾਂਜੀ ਠੀਕ ਹੈ। ਇਹ ਆਨ ਬੋਰਡ ਇਹਦਾ ਲੱਗਾ ਹੋਇਆ ਜੀ ਸਿਸਟਮ ਸਾਰਾ, ਇਹਨੂੰ ਓਬੀਡੀ ਕਹਿੰਦੇ ਆ ਜੀ। ਅੱਛਾ, ਆਨ ਬੋਰਡ ਡਾਇਗਨੋਸਿਸ, ਕੁਝ ਵੀ ਦਿੱਕਤ ਆਵੇ ਗੱਡੀ ਦੇ ਵਿੱਚ ਆ ਸੈਂਸਰ ਦੀਆਂ ਲਾਈਟਾਂ ਜਿਹੜੀਆਂ ਇੰਜਨ ਦੇ ਨਾਲ ਅਟੈਚ ਨੇ ਇਹ ਤੁਹਾਨੂੰ ਸ਼ੋਅ ਕਰ ਦਿੰਦੀਆਂ ਵੀ ਗੱਡੀ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ, ਕੋਈ ਪਰੇਸ਼ਾਨੀ ਆ ਰਹੀ ਹੈ। ਠੀਕ ਆ। ਇਹ ਵਾਟਰ ਲੈਵਲ ਸੈਂਸਰ ਹੈ ਜੀ ਗੱਡੀ ਦੇ ਵਿੱਚ, ਜਿਹੜੇ ਲੋਕ ਆਮ ਪੁੱਛਦੇ ਆ ਵੀ ਕੀ ਆ। ਨਹੀਂ ਇਹ ਮਤਲਬ ਕਿ ਹੈਗਾ ਜਿਵੇਂ ਗਰਮ ਗੁਰਮ ਹੋ ਜਾਏ ਗੱਡੀ ਉਦੋਂ। ਹਾਂਜੀ ਨਹੀਂ ਨਹੀਂ, ਇਹ ਨਾ ਧੂੰਏ ਨੂੰ ਕੰਟਰੋਲ ਕਰਦੀ ਹੈ ਜੀ ਗੱਡੀ ਦੇ। ਠੀਕ ਆ ਠੀਕ ਆ। ਜਿਹੜੇ ਸਰਕਾਰ ਦੇ ਨੋਰਮਸ ਹੈਗੇ BS6 ਦੇ ਉਹਨੂੰ ਫੋਲੋ ਕਰਕੇ ਇਹ ਬਣਾਇਆ ਗਿਆ ਵਾ ਤਾਂ ਕਿ ਪੋਲੂਸ਼ਨ ਡੀਜ਼ਲ ਗੱਡੀ ਨਾਲੋਂ ਘੱਟ ਹੋਵੇ। ਨਹੀਂ ਇਹਦੇ ਤੇ ਜਿਵੇਂ ਲਿਖਿਆ ਡਿਸਟੈਂਸ ਟੂ 84-85% ਕੀ 85% ਇਹ ਵਾਟਰ ਲੈਵਲ ਦੱਸਦਾ ਪਿਆ ਜੀ। ਇਹਦੇ ਟੈਂਕ ਲੱਗਾ ਹੋਇਆ ਪਿਛਲੇ ਪਾਸੇ। ਹਾਂਜੀ ਪਾਣੀ ਪੈਂਦਾ, ਨੋਰਮਲ ਪਾਣੀ ਜਿਹੜਾ ਘਰਾਂ 'ਚ ਆਪਾਂ RO ਦਾ ਪਾਣੀ ਪੀਂਦੇ ਆ। ਠੀਕ ਆ। ਉਹ ਪਾਣੀ ਇਹਦੇ ਵਿੱਚ ਪੈ ਜਾਂਦਾ ਜੀ। ਨਹੀਂ ਜਿਵੇਂ ਆਮ BS6 ਦੇ ਵਿੱਚ ਯੂਰੀਆ ਪੈਂਦੀ ਹੁੰਦੀ ਹੈ ਨਾ ਉਹਦੀ ਜਗ੍ਹਾ। ਨਹੀਂ 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 ਨਹੀਂ, ਇਹ ਜੀ ਸਿੰਗਲ ਸਿਲੰਡਰ ਇੰਜਨ ਹੈ ਜੀ, ਕੋਈ ਯੂਰੀਆ ਵਾਲਾ ਕੰਮ ਨਹੀਂ ਹੈਗਾ ਜੀ। ਅੱਛਾ ਅੱਛਾ। ਇਸ ਸਾਈਡ ਦੇ ਉੱਤੇ ਇੱਕ ਵਾਟਰ ਟੈਂਕ ਲੱਗਾ ਹੋਇਆ ਵਾ, ਤੁਹਾਨੂੰ ਤੁਸੀਂ ਦਿਖਾ ਦਿਓ ਆਪਣੇ ਸਾਰੇ ਵਿਊਅਰਸ ਨੂੰ। ਹਾਂ ਹਾਂ। ਹੋਰ ਇਹਦਾ ਇੰਜਨ ਗ੍ਰੀਪਸ ਜਿਹੜਾ ਇੰਜਨ ਤੁਹਾਡੇ ਸਾਹਮਣੇ ਹੀ ਦੇਖੋ, ਕੋਈ ਸੈਂਸਰ ਨਹੀਂ, ਇੱਕ ਸੈਂਸਰ ਆ ਬਸ ਇਹ ਵਾਟਰ ਸੈਂਸਰ। ਠੀਕ ਆ। ਇਹਨੂੰ ਛੱਡ ਕੇ ਇਸ ਗੱਡੀ ਦੇ ਵਿੱਚ ਕੋਈ ਸੈਂਸਰ ਨਹੀਂ, ਲੋਕਾਂ ਦਾ ਹਰਮਨ ਪਿਆਰਾ ਇੰਜਨ ਹੈ ਇਹ। ਤੇ ਜੇ ਆਪਾਂ ਗੱਲ ਕਰਦੇ ਆ ਜਿਵੇਂ ਇਹ ਡੀਜ਼ਲ ਇੰਜਨ ਹੈ ਹਨਾ, ਤੇ ਇਹਦੀ ਸਰਵਿਸ ਕਾਸਟ ਕਿੰਨੀ ਕੁ ਰਹੂਗੀ? ਕੋਈ ਜ਼ਿਆਦਾ ਸਰਵਿਸ ਕੋਸਟ ਨਹੀਂ ਹੈਗੀ ਜੀ, ਸਿਰਫ 1000-1200 ਰੁਪਏ ਨੂੰ ਲੱਗਦਾ ਸਰਵਿਸ ਹੋਣ ਤੇ। ਪਹਿਲੀ ਸਰਵਿਸ ਇਹਦੀ 20-25 ਦਿਨਾਂ ਦੇ ਅੰਦਰ ਹੁੰਦੀ ਹੈ, ਬਾਕੀ ਸਾਰੀ ਸਰਵਿਸਾਂ ਦਾ ਇੰਟਰਵਲ ਜਿਹੜਾ ਹੈਗਾ 50 ਦਿਨ ਦਾ ਹੈਗਾ ਜੀ। 50 ਦਿਨ ਦੇ ਬਾਅਦ ਸਰਵਿਸ ਕਰਾਉਣੀ ਹੁੰਦੀ ਹੈ, ਅਪਰੋਕਸ ਮੰਨ ਲਓ 2 ਮਹੀਨੇ ਬਾਅਦ ਸਰਵਿਸ ਕਰਾਉਣੀ ਹੁੰਦੀ ਹੈ, 2 ਮਹੀਨੇ ਬਾਅਦ ਜਾਂ 5500 ਕਿਲੋਮੀਟਰ ਦੇ। ਠੀਕ ਹੈ। ਤੇ ਉਸ ਤੋਂ ਬਾਅਦ ਗੱਲ ਵੀ ਕੰਪਨੀ ਮਹਿੰਗੀ ਦਾ ਇੰਜਨ ਹੈ ਨਾ, ਤੇ ਇਹਦਾ ਸਪੇਅਰ ਪਾਰਟ ਕੱਲ ਨੂੰ ਮਿਲਦਾ ਸਾਨੂੰ? ਬਹੁਤ ਈਜ਼ੀ ਸਪੇਅਰ ਪਾਰਟ ਹੈ ਜੀ, ਈਜ਼ੀ ਟੂ ਰਿਪੇਅਰ ਹੈ ਜੀ, ਕੱਲਾ ਮਕੈਨਿਕ ਇੰਜਨ ਨੂੰ ਰਿਪੇਅਰ ਕਰ ਸਕਦਾ। ਇਹ ਦਿੱਕਤ ਆਉਂਦੀ ਸੀ ਪਹਿਲਾਂ 600cc ਇੰਜਨ ਦੇ ਵਿੱਚ। ਅੱਛਾ। ਜਿਹਨੂੰ ਮਤਲਬ ਕੋਈ ਰਿਪੇਅਰ ਨਹੀਂ ਕਰ ਪਾਉਂਦਾ ਸੀ, ਉਹਦੀ ਕੋਸਟ ਬਹੁਤ ਜ਼ਿਆਦਾ ਹੁੰਦੀ ਸੀ। ਇਹ ਬਹੁਤ ਨੋਮੀਨਲ ਜਿਹਾ ਇੰਜਨ ਹੈਗਾ, ਕੋਈ ਇਹਦੇ 'ਤੇ ਜ਼ਿਆਦਾ ਕੋਸਟ ਨਹੀਂ, ਕੋਈ ਇਹਦਾ ਖਰਚਾ ਨਹੀਂ, ਲੋਕਾਂ ਦਾ ਫੁੱਲ ਫਲੈਜ ਵਿਸ਼ਵਾਸ ਹੈ ਜੀ ਇਹਦੇ ਉੱਤੇ। ਠੀਕ ਆ। ਇਹ ਜ਼ਿਆਦਾ ਲੋਕ ਕਿਹੜੇ ਲੈ ਕੇ ਜਾਂਦੇ ਇਹਨੂੰ? ਇਹਨੂੰ ਸਰ ਦੇਖੋ, ਇਹਨੂੰ ਜ਼ਿਆਦਾ ਲੈ ਕੇ ਜਾਂਦੇ ਰੇਤ ਬਜਰੀ ਵਾਲੇ। ਅੱਛਾ। ਦੁੱਧ ਵਾਲੇ, ਦੁੱਧੀਆਂ ਦੀ ਤਾਂ ਖਾਸ ਪਸੰਦ ਆ, ਕਿਉਂਕਿ ਗਲੀਆਂ 'ਚ ਲਿਜਾਣ ਨੂੰ ਇਹ ਸੌਖਾ। ਸਵੇਰੇ ਸਵੇਰੇ ਦੁੱਧ ਪਾਉਣ ਨੂੰ ਜਦੋਂ ਜਾਂਦੇ ਗਲੀਆਂ 'ਚ ਲਿਜਾਣ ਨੂੰ ਬਹੁਤ ਸੌਖਾ, ਦੁੱਧੀਆਂ ਦੀ ਖਾਸ ਪਸੰਦ ਆ। ਰੇਤ ਬਜਰੀ ਵਾਲੇ ਲੈ ਜਾਂਦੇ ਆ, ਸਰੀਏ ਲੈ ਜਾਂਦੇ, ਸਾਡੇ ਕੋਲ ਡੀਜੇ ਵਾਲੇ ਵੀ ਅੱਜ ਕੱਲ੍ਹ ਆਉਂਦੇ, ਡੀਜੇ ਵਾਲੇ ਵੀ ਲੈ ਜਾਂਦੇ ਆ। ਇਲਾਕੇ ਇਲਾਕੇ ਭੀੜੇ ਹੁੰਦੇ ਆ, ਉੱਥੇ ਉਹਨਾਂ ਦਾ ਸਮਾਨ ਆਰਾਮ ਨਾਲ ਪਹੁੰਚ ਜਾਂਦਾ। ਠੀਕ ਹੈ। ਉਹ ਵੀ ਲੈ ਜਾਂਦੇ ਆ, ਗੱਦਿਆਂ ਵਾਲੇ ਲੈ ਜਾਂਦੇ ਆ, ਪਾਈਪਾਂ ਵਾਲੇ ਲੈ ਜਾਂਦੇ ਆ, ਟੈਂਟਾਂ ਵਾਲੇ ਲੈ ਜਾਂਦੇ ਆ। ਉਹ ਤਾਂ ਬਾਕੀ ਲੋਕ ਆਪਦੇ ਹਿਸਾਬ ਨਾਲ ਡਾਲਾ ਬਣਾ ਲੈਂਦੇ ਆ। ਹਾਂਜੀ ਹਾਂਜੀ, ਇਹਦੇ ਉੱਤੇ ਬੋਡੀ ਲੱਗ ਜਾਂਦੀ ਹੈ ਜੀ। ਹਾਂ ਹਾਂ, ਸਹੀ ਹੈ, ਬੋਡੀ ਲੱਗ ਜਾਂਦੀ, ਸਹੀ ਹੈ। ਤੇ ਜੇ ਆਪਾਂ ਗੱਲ ਕਰਦੇ ਤੇ ਨਾਲ ਹੀ ਆ ਖੜਾ ਹਰਿਆਣਾ ਦਾ CNG ਆ ਗਿਆ। ਹਾਂਜੀ, ਇਹ CNG ਹੈ ਜੀ। ਤੇ ਜੇ ਆਪਾਂ ਇਹਦੀ ਬੋਡੀ ਦੀ ਗੱਲ ਕਰਦੇ ਹਾਂ ਜਾਂ weight ਦੀ ਗੱਲ ਕਰਦੇ, ਸੇਮ ਉਹਨਾਂ ਹੀ ਚੱਕਦਾ? ਉਹ ਬਿਲਕੁਲ ਸੇਮ ਹੈ ਜੀ। ਇਹਦੇ ਵਿੱਚ ਪੈਟਰੋਲ ਵੀ ਹੈ ਪਲੱਸ? ਹਾਂਜੀ, ਇਹ ਪੈਟਰੋਲ ਪਲੱਸ CNG ਹੈ। CNG ਕਿੰਨੀ CNG ਪੈ ਜਾਂਦੀ ਇਹਦੇ ਵਿੱਚ? ਇਹਦੇ 40 ਲੀਟਰ ਪੈ ਜਾਂਦੀ ਹੈ ਜੀ CNG। ਤੇ ਇਹਦੀ ਮਾਈਲੇਜ ਕਿੰਨੀ ਕੁ ਰਹਿੰਦੀ ਆ? ਇਹਦੀ ਅਪਰੋਕਸ 35-37 ਦੀ ਮਾਈਲੇਜ ਹੈਗੀ ਇਹਦੀ CNG ਦੇ ਉੱਤੇ। CNG ਪੈਟਰੋਲ ਜਿਹੜਾ ਹੁੰਦਾ ਸਰ, ਉਹ 2.5 ਲੀਟਰ ਦੀ ਟੈਂਕੀ ਹੁੰਦੀ ਹੈ, ਉਹ ਐਮਰਜੈਂਸੀ ਵਾਸਤੇ ਹੈ, ਸਿਰਫ ਐਮਰਜੈਂਸੀ ਵਾਸਤੇ। ਠੀਕ ਆ। ਤੇ ਇਹਦੇ ਵਿੱਚ ਵੀ ਉਨਾ ਹੀ weight ਤੁਸੀਂ ਪਾ ਸਕਦੇ ਆ? ਹਾਂਜੀ, ਇਹਦੇ 'ਚ ਇੱਕ ਖਾਸੀਅਤ ਹੋਰ ਹੈ ਜੀ ਇਸ ਗੱਡੀ ਦੇ ਵਿੱਚ। ਹਾਂ, ਇਹਦਾ ਜਿਹੜਾ ਡੈਕ ਸਾਈਜ਼ ਹੈ ਨਾ 6.5 ਫੁੱਟ ਦਾ, ਡਾਲਾ ਜਿਹੜਾ। ਹਾਂਜੀ, ਡਾਲਾ 6.5 ਫੁੱਟ ਆ, 4.5x6। ਉਹਦਾ ਕਿੰਨਾ? ਉਹ 4.5x6 ਹੈ ਜੀ। ਅੱਛਾ, ਅੱਧਾ ਫੁੱਟ ਉਹਦਾ। ਹਾਂ, ਇਹ ਵੱਧਦਾ ਜੀ, 6 ਇੰਚ ਵੱਧਦਾ। ਠੀਕ ਹੈ। ਇਹ ਜ਼ਿਆਦਾਤਰ ਸਾਡੇ ਕੋਲਡ ਡਰਿੰਕ ਵਾਲੇ ਜੇ FMCG ਵਾਲੇ ਬੰਦੇ, ਉਹਨਾਂ ਨੂੰ ਬਹੁਤ ਪਸੰਦ ਆਉਂਦੀ ਹੈ ਗੱਡੀ। ਠੀਕ ਹੈ। ਜਿਨ੍ਹਾਂ ਦਾ ਲੋਡ ਥੋੜ੍ਹਾ ਘੱਟ ਹੁੰਦਾ, ਆਹ ਸਵਾਰੀਆਂ ਵਾਲਾ ਇੰਜਨ ਹੈ ਜੀ। ਅੱਛਾ, ਇਹ CNG ਹੈ ਹਨਾ? ਹਾਂਜੀ, ਇਹ CNG ਸਵਾਰੀ ਵਾਲੀ ਗੱਡੀ ਹੈ ਜੀ ਸਾਡੀ। ਠੀਕ ਹੈ। ਇਹਦੇ 'ਚ 395cc ਦਾ ਇੰਜਨ ਲੱਗਾ ਹੋਇਆ। ਇੰਜਨ ਦੋਨਾਂ ਦਾ ਇੱਕ ਹੀ ਹੈ ਨਾ? ਤੇ ਬਾਕੀ ਬੋਡੀ ਵੀ ਜਿਵੇਂ ਕਿ ਟਾਇਰ ਵਗੈਰਾ ਸਾਰਾ ਇੱਕੋ ਹੀ ਹੈ? ਹਾਂਜੀ ਹਾਂਜੀ ਹਾਂਜੀ, 4-5-10 ਦੇ ਟਾਇਰ ਉਹਨਾਂ ਨੇ ਉੱਤੋਂ ਕੈਬ ਨਹੀਂ ਚੇਂਜ ਕੀਤਾ ਹੈ ਨਾ? ਹਾਂਜੀ, ਕੈਬ ਨਹੀਂ ਚੇਂਜ। ਠੀਕ ਆ। ਅੱਛਾ, ਇਹਨਾਂ ਦਾ ਈ ਰਿਕਸ਼ਾ ਵੀ ਆਉਂਦਾ ਹੈ? ਹਾਂਜੀ ਹਾਂਜੀ, ਅਤੁਲ ਕੰਪਨੀ ਈ ਰਿਕਸ਼ਾ ਵੀ ਬਣਾਉਂਦੀ ਹੈ ਸਰ। ਠੀਕ ਆ। ਇਹ ਰਿਕਸ਼ੇ ਦੀ ਖਾਸੀਅਤ ਇਹ ਆ ਕਿ ਮਾਰਕੀਟ 'ਚ ਇਸ ਟਾਈਮ ਕੋਈ ਵੀ ਇਹੋ ਜਿਹਾ ਬੰਦਾ ਨਹੀਂ ਹੈਗਾ ਜਿਹੜਾ 150 ਅੰਪੀਅਰ ਦੀ ਬੈਟਰੀ ਨਾਲ ਰਿਕਸ਼ਾ ਦਿੰਦਾ ਹੋਵੇ। ਆਮ ਉਹ ਕਿੰਨੀਆਂ ਹੁੰਦੀਆਂ? 130-135 ਅੰਪੀਅਰ ਦੀ ਬੈਟਰੀ ਪਿੱਛੋਂ ਆਉਂਦੀ ਹੈ ਜੀ। ਲੈਡ ਐਸਿਡ ਜਾਂ ਲਿਥੀਅਮ? ਲੈਡ ਐਸਿਡ ਬੈਟਰੀ ਦੇ ਨਾਲ। ਠੀਕ ਹੈ। ਤੇ ਉਹਦੀ ਗਾਰੰਟੀ ਵਾਰੰਟੀ? ਹਾਂਜੀ, ਇਹਦੀ ਜੀ 6 ਮਹੀਨੇ ਦੀ ਹੈਗੀ ਹੈ ਗਾਰੰਟੀ, ਤੇ ਬੋਡੀ ਦੀ ਹੈਗੀ 1 ਸਾਲ ਦੀ ਗਾਰੰਟੀ ਪੂਰੀ। ਬੈਟਰੀ ਦੀ 6 ਮਹੀਨੇ? ਬੈਟਰੀ ਦੀ 18 ਮਹੀਨੇ ਦੀ ਵਾਰੰਟੀ। 18 ਮਹੀਨੇ ਦੀ? ਹਾਂਜੀ, 18 ਮਹੀਨੇ ਦੀ ਵਾਰੰਟੀ ਹੈ ਜੀ। ਇਹਦੇ ਵਿੱਚ ਮੋਟਰ ਕਿੰਨੇ? ਇਹਦੇ ਵਿੱਚ ਖਾਸੀਅਤ ਹੈ ਕਿ ਇਹ ਅਲੋਏ ਟਾਇਰਸ ਦੇ ਨਾਲ ਆਉਂਦਾ। ਨੋਰਮਲ
पहले तो सारे लुधियाना वासियों को जय हिंद जय भारत सत श्री अकाल जी। मेन अगली गल ये है भी लुधियाना आटोस दे विच कीमत तो चलो तुहानू दस दें जी। साढ़े ना लुधियाने दे विच एक आ बस्ती जोधेवाल चौंक दे विच साडा शोरूम है। हाँ जी। एक साडा वीर पैलेस दे नाल चंडीगढ़ रोड दे उत्ते साडा शोरूम है जी। ठीक है जी। एक पासपोर्ट ऑफिस दे सामने साडा शोरूम है जी, पेट्रोल पंप दे अंदर। ठीक है जी। दूजा उस तो बाद स्कूटर मार्केट दे विच है जी, ते लुधियाने दे विच ग्यासपुरे है, मतलब साढ़े को पाँच छः साढ़े आउटलैट है, सर्विस स्टेशन साडा बस्ती योधेवाल है, चंडीगढ़ रोड के उत्ते है। ठीक है जी। ते वो भी इस नाम से है जी, सारे लुधियाना ऑटो से नाम से है। ठीक है जी। हाँ जी, पहले तो ये चीज़ा है तुसी किसी भी जगह तो परचेज कर सकते हो। हाँ जी। तो उस तो बाद तुसी साढ़े को बेस्ट सर्विस है, सर्विस स्टेशन साडा बहुत वड्डा है, अलग सर्विस स्टेशन है, पूरा कंपनी ट्रेनड मकैनिक ने साडे को। ठीक है जी। फुल स्पेयर पार्ट की रेंज है, फुल सब कुछ है भाई, हर चीज़ की नाले मेन चीज़ है भी साडा ना इक्को ही है भी असी काम ना शौक नाल कर रहे हैं, साडा सानू चीज़ वेचन तो भी ज़्यादा सानू सर्विस देने का मज़ा आता है। ठीक है जी। क्योंकि मैं खुद जमीन नाल जुड़े मैनू यह होंगे भी चीज़ गाहक लै गया, साडा गाहक परेशान नहीं होना चाहिए, चाहे वो जो कि भी वो सर्विस असं बहुत पहल दें। बिल्कुल जी, बिल्कुल। क्योंकि देखो अमीर बंदे ने तो चीज़ लैनी नहीं। हाँ जी, बिल्कुल। आम मीडियम आप कह सकते हैं चाहे गरीब बंदा लगेगा है ना। बिल्कुल जी। तो वह फिर जो आप सर्विस नहीं देवे तो अपने देखो असं आप खुद जमीन नाल जुड़े हुए हैं जी, देखो हर चीज़ को असं इनू लैके चलते हैं, अभी भी थोड़े ही उठे हुए हैं, सानू ये तकलीफा का सब पता है। असी किसी बंदे भी इदा का नहीं असं रखते भी एक गरीब बंदे की दिहाड़ी टुटे साडे करके। ठीक है जी। असी वह बहुत ज़्यादा सोचते हैं। तो जिमें हम आप जी आप कीमत की गल करते हैं जी, ये वाला डीजल तो आप शुरू करते हैं, ये हैगा जी कारगो अतुल कंपनी का कारगो है डीजल वाला। हाँ जी। इनका 3,30,000 रुपया रेट है जी। ऑन रोड है जी? ऑन रोड, बिल्कुल कोई लुकवा खर्चा नहीं, कोई कुछ नहीं। ठीक है। इन्हें चो 40,000 रुपया डाउन पेमेंट है जी, जे फाइनैंस कराना है। अच्छा। सारे बैंक फाइनैंस करते हैं, सरकारी भी दूजे भी सारा कुछ होंगे। कितने साल का होंगे फाइनैंस जी? ये 4 साल तक होंगे। 4 साल तक। हाँ जी। ठीक है जी। तो जिद आप जिम्मे सी एन जी आ गया। हाँ, मेरे सी एन जी खड़ा जी, इसका रेट है 3,15,000 रुपया। 3,15,000। हाँ, यदि 35,000 रुपये के गड्डी डाउन पेमेंट लैके एडवांस 35,000 हो जाऊगा। ठीक है जी। हाँ जी, जे ये एक होर खास गल है भी जे किसी को ब्याज का कार्ड है या किसी भी बैंक की कोई थोड़े को ऑप्शन हैगी है। हाँ जी। वो थोड़ी असं इतें ही करके डाउन पेमेंट भी थोड़ी असं एडजस्ट कर देंगे। ओके। यानी कि नगद लिया की लड़ नहीं? ना ना भी लिया नगद, जो थोड़े को पर ऑप्शन थोड़े को होनी चाहिए है। जे किसी ने गड्डी एक्सचेंज करवानी हो? एक्सचेंज करनी जो मर्जी आओ जी। अच्छा। जो मर्जी आओ तो एक्सचेंज करके नाल दी नाल ही थोड़ी वैल्यू बेस्ट प्राइस थोड़ा पेगा एडजस्ट करके दे देंगे गड्डी। तो जिमें हो गया जी वाला सवारियों वाला पसेंजर है जी, एक्वा नाम है इसका। अच्छा जी। तो ये यदा रेट है जी 3,20,000 रुपया। ठीक है जी। तो ये 40,000 रुपया की डाउन पेमेंट है। ठीक है, ठीक है। बाकी बैंक फाइनैंस करता वधिया आसान किस्त ही ने। ठीक है जी। तो जिमें वाला आ गया इस तो बाद जी, यह है इलैक्ट्रिक लोडर। अच्छा, बिजली वाला आ गया। हाँ, ये बिजली वाला आ गया जी ये। हाँ जी। ये 4 बैटरिया भी है, 5 बैटरिया भी होंगे, इन 1.5 किलोवाट की मोटर हैगी है। 1500 वाट जिन्हों कह लेंगे आप। हाँ जी। तो 4x6 का साइज है। डाला बना। हाँ, डाला। ते डबल चैसी है दी। अच्छा जी। मान लो डबल चैसी है, फुल ऐप वाले मीटर ने, डिजिटल मीटर देखो, डबल चैसी है, ऐप वाले मीटर ने जी, देखो। ठीक है। मतलब फुल यदि हैवी चैसी है दी। ते ए कितना चक लेंदा जी लोड? ए चक लेंदा 5 क्विंटल चक लेंदा जी। अच्छा जी। हाँ जी, 5 क्विंटल तक। ते इनू भी पास पुस करवाना पैंदा हुंदा जी? नहीं, पास आरसी इंश्योरेंस समेत हुंदा जी साडे कोल। देखो साडे कोल लुधियाना आटो नूं ना मैं पहले दस्या जी, साडा सारा काम पक्के दा, कोई काम असी कच्चा नहीं करदे, टैंपरेरी नंबर साडे कोल है, सारा कुछ असी नाल ही ला के देणा। ठीक है। आरसी असी बना के देनी, इंश्योरेंस तुहानूं असी करके देनी, गरंटी वारंटी क्लेम वह तुहानूं असी सारा कुछ देंगे। है 4 बैटरियां 48 वोल्ट है जी? 48 जे 60 है 60 भी है, ऑप्शन है जी साडे कोल। 5 बैटरियां भी है, 48 वोल्ट च भी है, 60 वोल्ट च भी है। ठीक है। तो यदि फिर बैटरिया की गरंटी वरंटी की? बैटरिया की मेन ये एक खासियत जी है, एक्साइड के डिस्ट्रीब्यूटर लुधियाने के असी हाँ। अच्छा अच्छा। ई रिक्शा के एक्साइड के डिस्ट्रीब्यूटर असी हाँ, गरंटी वरंटी सारी साढ़े को। ठीक है। मतलब कितने नहीं जाना, बहुत परेशानी वाली गल नहीं। वो तुहाडी मर्जी है, तुसी 12 महीने वारंटी वाली पानी है, 18 महीने वाली पानी है, 15 वाली पानी है, वो कस्टमर की चॉइस है। तो यह कितना चल जाता जी? सपोज करो 100 किलोमीटर घट तो घट। ठीक। एक बार चार्ज करके 100 किलोमीटर चल गया जी, थोड़ा नहीं है। ठीक। ये फिर कि लोग लेके जाते हैं
ਇਹ ਸਾਡੇ ਕੋਲ ਦੇਖੋ ਜੀ ਜਿਹੜੀਆਂ ਤੁਹਾਨੂੰ ਕਾਰਗੋ ਜਾਂ ਤੁਹਾਨੂੰ ਆਹ ਵਾਲਾ ਦੱਸ ਰਹੇ ਹਾਂ ਇਹ ਨਾ ਸਮਾਲ ਇੰਡਸਟਰੀ ਦੇ ਵਿੱਚ ਸਾਰੇ ਯੂਜ਼ ਹੁੰਦੇ ਆ ਜਿਵੇਂ ਕੋਲਡ ਡਰਿੰਕ ਵਾਲੇ ਹੋ ਗਏ ਤੁਹਾਡੇ ਕੋਲ ਉਸ ਤੋਂ ਬਾਅਦ ਹੋਜਰੀ ਵਾਲੇ ਕਿਉਂਕਿ ਹੋਜਰੀ ਦੇ ਵਿੱਚ ਬਹੁਤ ਇਹਨਾਂ ਦੇ ਬੋਰੇ ਬੋਰੇ ਹੁੰਦੇ ਆ ਇਹਨਾਂ ਦੀ ਨਾ ਬਾਡੀ ਵੀ ਲਾ ਕੇ ਉੱਚੇ ਹੋ ਜਾਂਦੇ ਨੇ ਜਿੰਨਾ ਮਰਜ਼ੀ ਤੁਸੀਂ ਆਪਣਾ ਬਣਾ ਲਓ ਹੋਜਰੀ ਵਾਲੇ ਲੈ ਗਏ ਬੈਕਰੀ ਵਾਲੇ ਲੈ ਗਏ ਆਟਾ ਚੱਕੀ ਵਾਲਿਆਂ ਦੇ ਕੰਮ ਆਉਂਦੇ ਆ ਅੱਛਾ ਬਿਲਡਿੰਗ ਮਟੀਰੀਅਲ ਸਟੋਰ ਵਾਲੇ ਲੈ ਕੇ ਜਾਂਦੇ ਆ ਸਾਡੇ ਕੋਲੋਂ ਅਤੇ ਉਸ ਤੋਂ ਬਾਅਦ ਗੈਸ ਏਜੰਸੀ ਵਾਲੇ ਸਾਡੇ ਕੋਲ ਬਹੁਤ ਗਏ ਆ ਠੀਕ ਹੈ ਹੁਣ ਬ੍ਰੈਡ ਮੈਂ ਤਾਂ ਖਾਸ ਤੌਰ 'ਤੇ ਨਾਮ ਨਹੀਂ ਲੈਣਾ ਹੁਣ ਲੁਧਿਆਣੇ ਦੀ ਇੱਕ ਨਾਮੀ ਕੰਪਨੀ ਆ ਬ੍ਰੈਡ ਦੀ ਵੀ ਸਾਡੇ ਕੋਲ ਉਹਨਾਂ ਨੇ 50 ਗੱਡੀਆਂ ਲਈਆਂ ਆਪਣੀਆਂ ਓਕੇ ਠੀਕ ਹੈ ਹੁਣ ਮੈਂ ਨਾਮ ਲਵਾਂਗਾ ਉਤਰਾਏ ਹੋ ਜੂਗਾ ਬਾਕੀ ਹੁਣ ਦੇਖੋ ਇਹ ਹਨਾ ਜ਼ਮਾਨਾ ਵੀ ਇਹਦਾ ਆ ਗਿਆ ਹਨਾ ਹਾਂਜੀ ਹਾਂਜੀ ਅਤੇ ਇਹ ਫਿਰ ਤੁਲ ਦੇ ਵਿੱਚ ਵੀ ਆਉਂਦਾ ਇਹ ਜੀ ਹਾਂਜੀ ਜੇ ਇਹ ਤਾਂ ਮਤਲਬ ਕਿ ਤੁਹਾਡੇ ਆਪਦਾ ਅਸੈਂਬਲ ਆ ਹਨਾ ਹਾਂਜੀ ਹਾਂਜੀ ਜਿਵੇਂ ਅਤੁਲ ਦਾ ਵੀ ਆਉਂਦਾ ਇਹ ਅਤੁਲ 'ਚ ਵੀ ਆਉਂਦਾ ਜੀ ਇਹ ਅਤੁਲ 'ਚ ਵੀ ਆਉਂਦਾ ਅਤੁਲ 'ਚ ਵੀ ਆਉਂਦਾ ਪਰ ਉਹਦਾ ਸਾਈਜ਼ ਥੋੜਾ ਜਿਹਾ ਛੋਟਾ ਹੁੰਦਾ ਠੀਕ ਹੁੰਦਾ ਮਤਲਬ ਹੈਗਾ ਸਾਰਾ ਕੁਝ ਹੈ ਜੀ ਉਹ ਵੀ ਅਤੇ ਇਹਦੀ ਆਪਾਂ ਕੀਮਤ ਦੀ ਗੱਲ ਇਹ ਔਨ ਰੋਡ 160,000 ਰੁਪਏ ਦਾ ਜੀ ਅੱਛਾ ਠੀਕ ਹੈ ਜੀ ਦੇਖੋ ਸਾਡੇ ਕੋਲ ਸਾਰਾ ਕੁਝ ਇਹਦੇ 'ਚ ਇੰਜਣ ਦਾ ਹੈ ਨਹੀਂ ਹਾਂਜੀ ਜਿਹੜਾ ਇਹਦੇ 'ਚ ਚੱਲਣ ਵਾਲਾ ਸਮਾਨ ਹੈ ਮੰਨ ਲਓ ਡਿਫਰੈਂਸ਼ੀਅਲ ਹੈ ਮੋਟਰ ਕੰਟਰੋਲਰ ਥਰੋਟਲ ਕਨਵਰਟਰ ਬੈਟਰੀ ਉਹ ਸਾਰਾ ਕੁਝ ਜਿਹੜਾ ਕੰਮ ਇੰਜਣ ਨੇ ਕਰਨਾ ਉਹ ਅਸੀਂ ਸਾਰਾ ਸਮਾਨ ਸਟੈਂਡਰਡ ਕੰਪਨੀ ਦਾ ਪਾਇਆ ਹੋਇਆ ਠੀਕ ਹੈ ਕਿਉਂਕਿ ਇੰਜਣ ਤਾਂ ਹੈ ਨਹੀਂ ਜੀ ਇਹ 'ਚ ਤੇਲ ਮੁੱਕ ਗਿਆ ਕੁਛ ਹੋ ਗਿਆ ਇਹਦੇ 'ਚ ਤਾਂ ਜੋ ਅਸੀਂ ਕਹਿ ਰਹੇ ਹਾਂ ਅਸੀਂ ਕਲੀਅਰ ਹੈ ਉਸ ਚੀਜ਼ ਨੂੰ ਬਿਲਕੁਲ ਬਿਲਕੁਲ ਅਤੇ ਜੇ ਆਪਾਂ ਇਹਦੀ ਗੱਲ ਕਰਦੇ ਹਾਂ ਹਾਂ ਇਹ ਇਲੈਕਟ੍ਰਿਕ ਰਿਕਸ਼ਾ ਜੀ ਹਾਂਜੀ ਇਹ ਅਤੁਲ ਕੰਪਨੀ ਦਾ ਹੈਗਾ ਹਾਂਜੀ ਅਤੇ ਇਹਦੇ ਵਿੱਚ ਇਹ ਕੰਪਨੀ ਇਹ ਦਾਅਵਾ ਕਰਦੀ ਹੈ ਵੀ ਇਹਦੇ ਵਿੱਚ ਟਾਟਾ ਦੀ ਚਾਦਰ ਹੈ 150 ਐਂਪੀਅਰ ਦੀ ਇਹਦੇ 'ਚ ਬੈਟਰੀ ਹੈ 18 ਮਹੀਨੇ ਵਾਰੰਟੀ ਵਾਲੀ ਅੱਛਾ ਜੀ ਇਹਦੇ ਵਿੱਚ ਅਲਾਈ ਵੀਲ ਵੀ ਨਾਲ ਹੈ ਕੰਪਨੀ ਵੱਲੋਂ ਇੱਕ ਹੋਰ ਚੀਜ਼ ਹੈ ਜੀ ਦੂਸਰੇ ਨੂੰ ਥੋੜ੍ਹਾ ਚੌੜਾ ਨਹੀਂ ਹਾਂ ਚੌੜਾ ਜੀ ਇਹ ਬਹੁਤ ਸਟੈਂਡਰਡ ਨਾਲ ਇਹਨਾਂ ਨੇ ਨਾ ਕੰਪਨੀ ਨੇ ਬਣਾਇਆ ਇਹਨਾਂ ਨੂੰ ਕਿਉਂਕਿ ਆਮ ਬੰਦੇ ਦੋ ਆਮ ਤਾਂ ਰਹਿੰਦੇ ਆ ਤਾਂ ਫਸ ਜਾਂਦੀਆਂ ਇੱਥੇ ਦੇਖੋ ਕਿੰਨੀ ਜਗ੍ਹਾ ਬਚ ਗਈ ਲੱਤਾਂ ਫਸ ਜਾਂਦੀਆਂ ਇਹਦੇ 'ਚ ਇਹ ਤਾਂ ਬਹੁਤ ਸਾਫ ਸੁਥਰਾ ਦੇਖੋ ਅਗਲਾ ਵੀ ਇਹਦਾ ਦੇਖੋ ਜਿਹੜੀ ਆਹ ਚੀਜ਼ ਹੈ ਨਾ ਹਾਂਜੀ ਇਹਦੇ ਨੂੰ ਇਹ ਲਓ ਓਕੇ ਆਹ ਦੇਖੋ ਇਹਦੇ ਵਿੱਚ ਚਾਰਜਰ ਪਿਆ ਜਾਂ ਮੋਟਰ ਕੰਟਰੋਲਰ ਸਾਰਾ ਕੁਛ ਇਹਦੇ 'ਚ ਨਾ ਵਧੀਆ 'ਚ ਹੈ ਸਾਰਾ ਇਹਨਾਂ ਨੇ ਸਮਾਨ ਈਸਟਮੈਨ ਬਹੁਤ ਹੈਵੀ ਦਿੱਤਾ ਹੋਇਆ ਹਾਂ ਅੱਛਾ ਈਸਟਮੈਨ ਦਾ ਚਾਰਜਰ ਵੀ ਹੈਵੀ ਹੈ ਫੁੱਲ ਹਾਂ 24 ਮਹੀਨੇ ਦੀ ਵਾਰੰਟੀ ਵਾਲਾ ਚਾਰਜਰ ਹੈ ਓਕੇ ਇਹ ਵੀ ਲਗਭਗ 160,000 ਰੁਪਏ ਦਾ ਜੀ ਔਨ ਰੋਡ ਠੀਕ ਹੈ ਔਨ ਰੋਡ ਬੈਂਕ ਫਾਈਨਾਂਸ ਹੈਗਾ ਇਹਨਾਂ 'ਚੋਂ 25-30,000 ਰੁਪਏ ਦੋਵਾਂ 'ਚੋਂ ਇਲੈਕਟ੍ਰਿਕ 'ਚੋਂ ਦਿਓ ਤੁਹਾਨੂੰ ਫਾਈਨਾਂਸ ਹੋ ਜਾਣਾ ਮੇਨ ਤੁਹਾਨੂੰ ਕਾਰਡ ਦੀ ਫੈਸਿਲਿਟੀ ਵੀ ਹੈ ਜੀ ਜੇ ਤੁਹਾਡੇ ਕੋਲ ਕਾਰਡ ਨਹੀਂ ਹੈਗਾ ਅਸੀਂ ਨਵਾਂ ਕਾਰਡ ਵੀ ਬਣਾ ਦਿੰਦੇ ਹਾਂ ਠੀਕ ਹੈ ਜੀ ਨਵਾਂ ਕਾਰਡ ਬਣ ਕੇ ਤੁਸੀਂ ਐਡਵਾਂਸ ਨਹੀਂ ਹੈਗਾ ਨਾ ਲਿਆਓ ਉਹ ਅਸੀਂ ਕਾਰਡ 'ਚੋਂ ਪੈਸੇ ਲੈ ਲੈਣੇ ਐਡਵਾਂਸ ਵਾਲੇ ਬਾਕੀ ਬੈਂਕ ਨੇ ਜਿਹੜਾ ਫਾਈਨਾਂਸ ਕਰ ਦੇਣਾ ਤੁਹਾਡੀਆਂ ਕਿਸ਼ਤਾਂ ਚੱਲ ਪੈਣੀਆਂ ਜਿਵੇਂ ਕੁਛ ਆ ਮੈਂ ਪੜ੍ਹ ਰਿਹਾ ਜੀ ਇੱਥੇ ਗੋਲਡ ਕੋਇਨ ਫ੍ਰੀ ਇਹ ਮਤਲਬ ਕਿ ਕੀ ਸਕੀਮ ਚੱਲਦੀ ਕੋਈ ਸਕੀਮ ਤਾਂ ਇੱਦਾਂ ਜੀ ਦਿਵਾਲੀ ਤੱਕ ਜਿਹੜੀ ਵੀ ਕੋਈ ਗੱਡੀ ਸਾਡੇ ਕੋਲੋਂ 3-wheeler ਪਰਚੇਜ ਕਰੂਗਾ ਚਾਹੇ ਇਲੈਕਟ੍ਰਿਕ ਚਾਹੇ ਡੀਜ਼ਲ CNG ਕੋਈ ਵੀ ਹਾਂਜੀ ਹਾਂਜੀ ਉਹਦੇ ਨਾਲ ਗੋਲਡ ਕੋਇਨ ਉਹਨੂੰ ਇਸ ਟਾਈਮ ਗਿਫਟ ਮਿਲ ਰਿਹਾ ਇਹ ਕੰਪਨੀ ਵੱਲੋਂ ਆ ਰਿਹਾ ਜੀ ਜਾਂ ਤੁਸੀਂ ਇਹ ਸਾਡੇ ਲੁਧਿਆਣਾ ਆਟੋ ਵੱਲੋਂ ਲੁਧਿਆਣਾ ਆਟੋ ਵੱਲੋਂ ਹਾਂਜੀ ਕੰਪਨੀ ਵੱਲੋਂ ਨਹੀਂ ਹੈ ਕਿੰਨੇ ਗ੍ਰਾਮ ਦਾ ਹੋਊਗਾ ਜੀ 1 ਗ੍ਰਾਮ ਦਾ ਹੈਗਾ ਜੀ ਆ ਗੋਲਡ ਕੋਇਨ ਹੈ ਜੀ ਸਾਡੇ ਕੋਲੇ ਬਕਾਇਦਾ ਉਹਦੇ ਉੱਤੇ ਆ ਲੁਧਿਆਣਾ ਆਟੋਸ ਦੀ ਸਟੈਂਪਿੰਗ ਹੋਈ ਹੈ ਤੇ ਪਿਛੇ ਨਾਲ ਅਤੁਲ ਦੀ ਅਸੀਂ ਕਰਵਾਈ ਇਹ 24 ਕੈਰਟ ਹਾਂਜੀ ਹਾਂਜੀ ਤੇ ਇਹ ਮਤਲਬ ਦੀਵਾਲੀ ਤੱਕ ਰੱਖਿਆ ਹੋਇਆ ਦੀਵਾਲੀ ਤੱਕ ਹੈ ਜੀ ਦੀਵਾਲੀ ਤੱਕ ਜੀ ਉਸ ਤੋਂ ਪਹਿਲਾਂ ਤੁਹਾਡਾ ਵਿਚਾਰ ਬਣਦਾ ਹਨਾ ਤੇ ਲਾਜ਼ਮੀ ਇੱਥੇ ਆਇਆ ਤੁਹਾਡਾ ਆ ਬੁਕਿੰਗ ਕਰਾਓ ਸਾਡੇ ਕੋਲੋਂ ਜਿੱਦਾਂ ਮਰਜ਼ੀ ਕਰਾ ਕੇ ਤੁਸੀਂ ਗੱਡੀ ਲਿਆਓ ਤੁਸੀਂ ਦੇਖੋਗੇ ਵੀ ਤੁਹਾਨੂੰ ਸਰਵਿਸ ਸਾਰਾ ਕੁਝ ਠੀਕ ਹੋਊਗਾ ਠੀਕ ਹੈ ਜੀ ਤੇ ਇਹਦੀ ਵੀ ਸਰਵਿਸ ਵਗੈਰਾ ਇਹਨਾਂ ਚੀਜ਼ਾਂ ਦੀ ਹੁੰਦੀ ਹੈ ਜਾਂ ਨਹੀਂ ਹੁੰਦੀ ਸਾਡਾ ਇਸ ਤੋਂ ਬਾਅਦ ਨਾ ਤੁਹਾਨੂੰ ਮੈਂ ਆਪਣੇ ਸਰਵਿਸ ਸਟੇਸ਼ਨ ਦਾ ਦਿਖਾਉਣਾ ਤੁਹਾਨੂੰ ਅੱਛਾ ਜੀ ਵੀ ਤੁਹਾਨੂੰ ਫੁੱਲ ਸਰਵਿਸ ਹੈ ਜੀ ਫੁੱਲ ਕੰਪਨੀ ਟ੍ਰੇਡ ਪਈ ਇਦਾਂ 3000 ਸਕੁਅਰ ਫੁੱਟ 'ਚ ਸਾਡੀ ਸਰਵਿਸ ਸਟੇਸ਼ਨ ਹੈ ਜਿੱਥੇ ਆਪਾਂ ਕਹਿੰਦੇ ਇਹ ਲੋਕੇਸ਼ਨ ਕਿਹੜੀ ਹੈ ਜੀ ਇਹ ਬੱਸੀ ਯੋਧੇਵਾਲ ਹੈ ਜੀ ਸਮਰਾਲਾ ਚੌਂਕ ਤੋਂ ਜਦੋਂ ਬੱਸੀ ਯੋਧੇਵਾਲ ਵੱਲ ਜਾਣਾ ਮੇਨ ਜੀਡੀ ਰੋਡ ਦੇ ਉੱਤੇ ਆ ਠੀਕ ਹੈ ਜੀ ਲੌਂਗੀਆ ਸਟੀਲ ਦੀ ਬਿਲਡਿੰਗ ਹੈਗੀ ਹੈ ਲੌਂਗੀਆ ਸਟੀਲ ਦੀ ਫੈਕਟਰੀ ਹੈ ਉਹਦੇ ਹੇਠਾਂ ਸਾਡੀ ਸ਼ੋਰੂਮ ਹੈ ਅਤੇ ਜਿਹੜਾ ਮੇਨ ਦੂਜਾ ਸ਼ੋਰੂਮ ਹੈ ਸਾਡਾ ਚੰਡੀਗੜ੍ਹ ਰੋਡ 'ਤੇ ਵੀਰ ਪੈਲਸ ਦੇ ਨਾਲ ਹੈ ਬਿਲਕੁਲ ਜਮਾਲਪੁਰ ਤੋਂ ਅੱਗੇ ਤੁਸੀਂ ਜਿੱਦਾਂ ਵੀ ਆਓ ਸਾਨੂੰ ਸੇਵਾ ਦਾ ਮੌਕਾ ਦਿਓ ਤੁਹਾਨੂੰ ਸਾਰਾ ਕੁਛ ਤੁਸੀਂ ਸਾਨੂੰ ਭਾਵੇਂ ਸਰਚ ਕਰਕੇ ਪੁੱਛ ਕੇ ਹੀ ਆ ਜਾਓ ਸਾਨੂੰ 35 ਸਾਲ ਹੋ ਗਏ ਸਾਨੂੰ ਇਸ ਲਾਈਨ ਦੇ ਵਿੱਚ ਓਕੇ 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 ਕੋਈ ਇਦਾਂ ਨਹੀਂ 35 ਸਾਲ ਤਾਂ ਬਹੁਤ ਜ਼ਿਆਦਾ ਹੁੰਦੇ ਆ ਜੀ ਬਹੁਤ ਅਸੀਂ ਤਾਂ ਆਪ ਖੁਦ ਹੱਥਾਂ ਨਾਲ ਕੰਮ ਐਡੇ ਐਡੇ ਮੇਰੇ ਹੱਥ ਸੀ ਜਦੋਂ ਮੈਂ ਕੰਮ ਕਰ ਰਿਹਾ ਜੀ ਠੀਕ ਹੈ ਜੀ ਆਹ ਵਰਕਸ਼ਾਪ ਆਪਣੀ ਜੀ ਹਾਂਜੀ ਹਾਂਜੀ ਇਹਦੇ ਵਿੱਚ ਜਿਵੇਂ ਇਹ ਕੁਛ ਇਹ ਆਏ ਹੋਏ ਆ ਇਲੈਕਟ੍ਰਿਕ ਤੇ ਇਹ ਕੋਈ ਕਿਸੇ ਦਾ ਐਕਸੀਡੈਂਟ ਹੋ ਗਿਆ ਹਾਂਜੀ ਜਿਵੇਂ ਉਹ ਸਾਰਾ ਕੁਝ ਹੁਣ ਮੰਨ ਲਓ ਇਹਦਾ ਕਲੇਮ ਕਰਾਉਣਾ ਇੰਸ਼ੋਰੈਂਸ ਦਾ ਜਾਂ ਜੋ ਹੈ ਸਾਡਾ ਇੱਕੋ ਛੱਤ ਥੱਲੇ ਆ ਅੱਛਾ ਡੀਜ਼ਲ ਵੀ ਇੱਥੇ ਪੈਟਰੋਲ ਮਤਲਬ ਇਲੈਕਟ੍ਰਿਕ ਸਕੂਟਰ ਸਕਾਟਰ ਸਾਰੀ ਵਰਕਸ਼ਾਪ ਹੈ ਤੁਸੀਂ ਇਹਦੇ ਵਿੱਚ ਇਹ ਨਹੀਂ ਹੈ ਅਸੀਂ ਇਕੱਲਾ ਅਤੁਲ ਦਾ ਹੀ ਕਰਨਾ ਹਾਂਜੀ ਤੁਸੀਂ ਜਿਹੜੀ ਮਰਜ਼ੀ ਕੰਪਨੀ ਦੀ ਗੱਡੀ ਲੈ ਆਓ ਸਾਡੇ ਕੋਲ ਫੁੱਲ ਸਪੇਅਰ ਪਾਰਟ ਤੇ ਸਾਡੇ ਕੋਲ ਸਭ ਕੁਝ ਹੈ ਠੀਕ ਹੈ ਪੂਰਾ ਤੁਸੀਂ ਤਾਂ ਉਵੇਂ ਬਣਾਇਆ ਏਜੰਸੀ ਹੈ ਪੂਰਾ ਕੰਮ ਦਿਖਾਉਣੇ ਤੁਹਾਨੂੰ
ਉਹਨਾਂ ਕ ਸਪੇਅਰ ਪਾਰਟ ਅਸੀਂ ਇੱਥੇ ਰੱਖਿਆ ਇਹਦਾ ਸਾਡੇ ਕੋਲ ਬਹੁਤ ਸਪੇਅਰ ਪਾਰਟ ਭਰਿਆ ਪਿਆ ਚਾਹੇ ਸਪੇਅਰ ਪਾਰਟ ਲੈ ਕੇ ਇੱਕ ਗੱਡੀ ਤਿਆਰ ਕਰਾ ਲਓ ਓਕੇ ਆਓ ਇਹ ਤਾਂ ਮੇਨ ਚੀਜ਼ ਹੋ ਜਾਂਦੀ ਹੈ ਜੀ ਹਾਂਜੀ ਹਾਂਜੀ ਉਧਰੋਂ ਤਾਂ ਅਗਲੇ ਕੋਲੇ ਮਤਲਬ ਦਿਹਾੜੀ ਲਾਉਣੀ ਹੁੰਦੀ ਅਗਲੇ ਨੇ ਹਨਾ ਕੰਮ ਤੇ ਬਿਲਕੁਲ ਜੀ ਬਿਲਕੁਲ ਉਦੋਂ ਜੇ ਅਗਲਾ ਆਪਾਂ ਕਹਦੇ ਕਿ ਹਫਤੇ ਬਾਅਦ ਸਪੇਅਰ ਪਾਰਟ ਆਊਗਾ ਨਾ ਜੀ ਨਾ ਐਡਾ ਕੁਝ ਨਹੀਂ ਹੈਗਾ ਗਾਹਕ ਦਾ ਤਾਂ ਦੇਖੋ ਜੀ ਮੈਂ ਖੁਦ ਮੇਰੀ ਜਾਨ ਨਿਕਲ ਜਾਂਦੀ ਜੇ ਸਾਡੇ ਕਾਊਂਟਰ ਤੇ ਕੋਈ ਗਾਹਕ ਰੋ ਕੇ ਜਾਵੇ ਠੀਕ ਹੈ ਜੀ ਵੀ ਇਹ ਗਾਹਕ ਸਾਡੇ ਕਸਟਮਰ ਕੋਈ ਹੈਰਾਨ ਨਹੀਂ ਹੋਣਾ ਚਾਹੀਦਾ ਵੀ ਜਿੱਦਾਂ ਮਰਜ਼ੀ ਤੁਸੀਂ ਅਸੀਂ ਆਪਣੇ ਵੱਲੋਂ ਬੈਸਟ ਤੋਂ ਬੈਸਟ ਸਰਵਿਸ ਦੇ ਰਿਹਾ ਬਾਕੀ ਗੁਰੂ ਮਹਾਰਾਜ ਵਾਹਿਗੁਰੂ ਨੇ ਜੋ ਕਰਾਉਣਾ ਅਸੀਂ ਤਾਂ ਆਪਣਾ ਕੰਮ ਕਰ ਰਹੇ ਹਾਂ ਸਭ ਤੋਂ ਮੇਨ ਗੱਲ ਚਲੋ ਇਹ ਤਾਂ ਸਪੇਅਰ ਪਾਰਟ ਤਾਂ ਨਿੱਕੀ ਹੋ ਗਈ ਚੀਜ਼ ਤੇ ਜਿਵੇਂ ਤੁਸੀਂ ਦੱਸਿਆ ਵੀ ਬੈਟਰੀਆਂ ਦੀ ਤੁਹਾਡੇ ਕੋਲੇ ਹੈ ਨਾ ਐਕਸਾਈਡ ਦੀ ਐਕਸਾਈਡ ਦੇ ਡਿਸਟ੍ਰੀਬਿਊਟਰ ਅਸੀਂ ਹਾਂ ਉਹ ਵੱਡੀ ਗੱਲ ਹੋ ਜਾਂਦੀ ਹੈ ਬਹੁਤ ਜੀ ਕਿਤੇ ਜਾਣਾ ਹੀ ਨਹੀਂ ਜੀ ਕਿਸੇ ਬੰਦੇ ਨੇ ਕਿਉਂਕਿ ਜੇ ਆਪਾਂ ਉਵੇਂ ਗੱਲ ਕਰਾਉਂਦੇ ਕਿ 20 ਦਿਨ ਲੱਗ ਜਾਂਦੇ ਜੀ ਦੇਖੋ ਜੀ 20 ਦਿਨ ਨਹੀਂ ਜੀ ਸਾਡੇ ਕੋਲ ਤਾਂ ਜੇ ਜ਼ਿਆਦਾ ਪਰੇਸ਼ਾਨੀ ਆਏ ਵੇ ਅਸੀਂ ਆਪਣੀ ਇੱਕ ਗੱਡੀਆਂ ਰੱਖੀਆਂ ਡੈਮੋ ਅੱਛਾ ਅਸੀਂ ਉਹਨੂੰ ਆਪਣੀ ਗੱਡੀ ਦੇ ਦਿੰਦੇ ਆ ਵੀ ਤੂੰ ਆਪਣੀ ਦਿਹਾੜੀ ਨਾਲ ਤੋੜ ਭਰਾ ਮੇਰੇ ਹਾਂ ਵੀ ਆਪਣਾ ਤੂੰ ਕੰਮ ਕਰ ਆਪਣੇ ਬੱਚੇ ਪਾਲ ਠੀਕ ਹੈ ਅਸੀਂ ਤੇਰੀ 4 ਦਿਨ ਨੂੰ ਗੱਡੀ ਆਊਗੀ ਕੋਈ ਨਹੀਂ 4 ਦਿਨ ਬਾਅਦ ਅਸੀਂ ਤੇਰੇ ਕੋਲ ਆਪਣੀ ਲੈ ਲਾਂਗੇ ਬਾਪ ਨਹੀਂ ਨਹੀਂ ਬੜੀ ਬਹੁਤ ਵਧੀਆ ਗੱਲ ਆ ਸਰਵਿਸ ਤਾਂ ਨਹੀਂ ਅਸੀਂ ਭਜਦੇ ਕਿਸੇ ਗੱਲੋਂ ਆ ਇੰਜਨ ਰੂਮ ਹੈ ਜੀ ਤਾਂ ਆਪ ਸ਼ਾਮ ਹੋ ਗਈ ਤਾਂ ਤਾਂ ਕਿ ਸ਼ਾਮ ਹੋ ਗਈ ਜੀ ਤਾਂ ਸਵੇਰੇ ਦਾ ਮੈਂ ਤਾਂ ਸਵੇਰੇ 9 ਵਜੇ ਦੇ ਬਾਹਰ ਹੀ ਮੰਨ ਲਓ ਸਾਡੇ ਵਰਕਸ਼ਾਪ ਦੇ ਬਾਹਰ ਹੀ 20 25 30 ਸਰ ਆ ਕੇ ਆਟੋ ਖੜੇ ਹੁੰਦੇ ਨੇ ਪਹਿਲੇ ਜੋ ਵੀ ਜਿਹੜੇ ਗਰੰਟੀ ਵਾਰੰਟੀ ਸਰਵਿਸ ਵਾਲੇ ਹਾਂਜੀ ਹਾਂਜੀ ਉਹ ਸਾਰੀਆਂ ਚੀਜ਼ਾਂ ਆ ਜਾਣੇ ਦੱਸੋ ਸਰ ਆ ਇੰਜਨ ਦੀਆਂ ਸਾਰੀਆਂ ਲਿਖੀਆਂ ਆਈਆਂ ਕੰਪਨੀ ਵੱਲੋਂ ਸਾਰਾ ਟ੍ਰੇਨ ਮਕਾਨਾ ਕਹਿੰਦਾ ਜੀ ਕੰਪਨੀ ਤੋਂ ਟ੍ਰੇਨਿੰਗਾਂ ਆਈਆਂ ਆ ਬੈਠੇ ਸਾਡੇ ਫੋਰਮੈਨ ਜੀ ਅੱਛਾ ਤੇ ਇਹ ਸਾਰੇ ਇਹਨਾਂ ਦੇ ਆ ਕੰਪਨੀ ਟ੍ਰੇਨਡ ਨੇ ਸਾਰੇ ਠੀਕ ਹੈ ਇਹਨਾਂ ਨੂੰ ਪਿਛਲੇ 25 25 ਸਾਲ ਦੇ 20 20 ਸਾਲ ਦੇ ਇਹ ਆ ਡੀਜ਼ਲ ਇੰਜਨ ਦੇ ਹੈਗੇ ਨੇ ਇਹ ਹੁਣ ਇਹ ਤੁਹਾਨੂੰ ਤੁਸੀਂ ਕਿੰਨੇ ਚਿਰ ਦੇ ਅਤੁਲ ਤੋਂ ਜੁੜੇ ਹੋ ਮੰਨ ਲਓ ਮੈਨੂੰ ਹੋ ਗਿਆ ਜੀ ਘੱਟੋ ਘੱਟ 14 ਸਾਲ ਹੋ ਗਏ 14 ਸਾਲ ਇਹ ਅਤੁਲ ਤੋਂ ਹੀ ਹੈ ਮੇਰਾ 23 ਸਾਲ ਦਾ ਠੀਕ ਆ ਠੀਕ ਹੈ ਠੀਕ ਹੈ ਫਿਰ ਤਾਂ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਹਾਂਜੀ ਹਾਂਜੀ ਇਹਨਾਂ ਨੂੰ ਤਾਂ ਉਂਗਲਾਂ ਦੇ ਗਿਣਿਆ ਹੈ ਜੀ ਕਿੱਥੇ ਨਾ ਜੇ ਕੋਈ ਅਗਲਾ ਫੋਨ ਲਾ ਕੇ ਪੁੱਛਦਾ ਬਈ ਆ ਗੱਲ ਨਾਲ ਦੱਸ ਦੇਣਾ ਹਨਾ ਮਿੰਟ ਮਿੰਟ ਦੱਸ ਦੇ ਵੀ ਇੱਥੇ ਲਿਆਉਣਾ ਜਾਂ ਨਹੀਂ ਲਿਆਉਣਾ ਬੰਦਾ ਕਸਟਮਰ ਨਾਲ ਹੀ ਆਪਾਂ ਮਕੈਨਿਕ ਰੱਖੇ ਆ ਨਾਲ ਨਾਲ ਭੇਜੇ ਸਰਵਿਸ ਕਈ ਵਾਰੀ ਅਗਲੇ ਦਾ ਫਾਲਟ ਹੀ ਹੁੰਦਾ ਕੋਈ ਤੇ ਫੋਨ ਲਾਇਆ ਤੇ ਅਗਲੇ ਨੂੰ ਦੱਸਤਾ ਵੀ ਆ ਐ ਕਰ ਲਾ ਨਾ ਇੱਥੋਂ ਪਾਈਪ ਲਾ ਕੇ ਇੱਥੇ ਲਾ ਦੇ ਸਹੀ ਹੋ ਜੂ ਤੇਰਾ ਉਹ ਫੋਨ ਤੇ ਸਮਝਾ ਦੇ ਹਾਂ ਨਹੀਂ ਠੀਕ ਹੈ ਵਧੀਆ ਗੱਲ ਹੈ ਬੋਲੋ ਹਰ ਚੀਜ਼ ਨੂੰ ਅਸੀਂ ਪ੍ਰੋਪਰ ਕੀਤਾ ਹੈ ਆਪਣੇ ਵੱਲੋਂ ਬਾਕੀ ਜੋ ਗੁਰੂ ਮਹਾਰਾਜ ਨੂੰ ਅੱਛਾ ਬਾਕੀ ਸਕਰੀਨ ਦੇ ਉੱਤੇ ਆਪਾਂ ਇਹਨਾਂ ਦੇ ਨੰਬਰ ਦਿੱਤੇ ਹੋਏ ਆ ਤੇ ਜੇਕਰ ਤੁਸੀਂ YouTube ਤੇ ਵੀਡੀਓ ਵੇਖ ਰਹੇ ਹੋ ਤੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਇਹਨਾਂ ਦੀ ਮੈਂ ਲੋਕੇਸ਼ਨ ਵੀ ਪਾ ਦਿੱਤੀ ਆ ਤੁਸੀਂ ਉਹ ਸਿੱਧਾ ਕਲਿੱਕ ਕਰਕੇ ਇਹਨਾਂ ਦੇ ਇੱਥੇ ਆ ਸਕਦੇ ਆ ਸ਼ੋਰੂਮ ਦੇ ਵਿੱਚ ਚਲੋ ਠੀਕ ਆ ਜੀ ਵੀਰ ਜੀ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ